ऐसा डम शेर है मजर, ये बंदा ब्याह करा के बहुत खुश हुआ। पहला बंदा जिहड़ा ब्याह करा के इतना खुश हुआ। भाई की करते हैं, खाद खुद खिला दे? खाद देखो छापर जी लेंदी। नहीं नहीं खाद नहीं, ये है लून नमक। ये कहने वास्ते भाई? ये भाई थले सड़ गया हरा। अच्छा अच्छा, बड़ा गन्ना खिला रखा है। मैं ठीक है। देखो जी इस टाइम हरा सड़ सुड़ जाता है ना, साढ़े इधर लून लाण पा देंगे, उसके ना हरे की काफ़ी बचत हो जाती है। इस तरह मानी ओ किदा पढ़ ला मामा, तेनू इन्होंने इसी काम नू जोड़ लेना। किन्निया मजा किन्ने कटे? ਚਲਾ ਜਾ ਆ ਗਿਆ ਬੈਠਾ ਸੀਗਾ ਉੱਥੇ ਬਹਿਰਾ ਜਿਹਾ ਮੇਰੇ ਖਿਲਾ ਆਇਆ ਉਹ ਅੱਛਾ ਹੁਣ ਦੱਸ ਮਾਨੀ ਮਦਰ ਭਾਈ ਇਹ ਕਹਿੰਦਾ ਜੀ ਮੇਰਾ ਵਿਆਹ ਨਹੀਂ ਕਰਦੇ ਮੇਰੇ ਘਰ ਦੇ ਅੱਛਾ ਮੈਂ ਕਿਹਾ ਯਾਰ ਮੈਂ ਪੁੱਛੂ ਮਦਰੇ ਚਾਚੇ ਨੂੰ ਹੁਣ ਦੱਸਦਾ ਨਹੀਂ ਉਹ ਕੀ ਜਨਾਨੀ ਆ ਸਿੱਧੀ ਗੱਲ ਕਰ ਪੁੱਛ ਲੈ ਕਹਿ ਦੇਵੇ ਤਾਂ ਕਰ ਦਿੰਦੇ ਭਾਈ ਨਹੀਂ ਕੋਈ ਕੁੜੀ ਕੜੀ ਹੈਗੀ ਹੈ ਕਿਸੇ ਨਾਲ ਗੱਲ ਗੁੱਲ ਤੇਰੀ ਕਿ ਨਹੀਂ
ਤੇ ਭਾਈ ਇਹ ਕਹਿੰਦਾ ਮੈਂ ਇੱਕ ਕੁੜੀ ਦੇ ਨਾਲ ਮੇਰਾ ਪਿਆਰ ਹੈ ਜੀ ਮੈਨੂੰ ਕੁੜੀ ਦੇ ਨਾਲ ਅੱਛਾ ਤੇ ਮੈਂ ਉਹਦੇ ਨਾਲ ਸ਼ਾਦੀ ਕਰਨੀ ਹੈ ਓਏ ਓ ਟਾਟੇ ਚੂਹਾ ਕਹਿੰਦਾ ਮੈਂ ਸਕੂਲੋਂ ਆਉਂਦਾ ਹਾਂ ਉਹਨੂੰ ਮਿਲਦਾ ਹੁੰਦਾ ਤੂੰ ਮੈਨੂੰ ਉਦੋਂ ਦੱਸਦਾ ਨਹੀਂ ਸੀਗਾ ਕਿਉਂਕਿ ਮੈਨੂੰ 5 ਰੁਪਏ ਵੀ ਦਿੰਦੀ ਆ ਉਹ ਹੈ ਓਏ ਉਹ ਬੱਕਰੀਆਂ ਕਿੰਨੀਆਂ ਬੱਕਰੀਆਂ ਕੋਈ ਨਹੀਂ ਬੱਕਰੀਆਂ 16 ਬੱਕਰੀਆਂ 16 ਹਾਂ ਤੇ ਕੱਟੀਆਂ ਕਿੰਨੀਆਂ ਕੱਟੀਆਂ 1 ਵਿਕਾਸ ਦੇ ਡੈਡੀ ਦਾ ਫੋਨ ਆਇਆ ਭਰਾ ਨੂੰ ਨੰਨੇ ਨੂੰ ਠੀਕ ਹੋ ਗਿਆ ਦ੍ਰਿਸ਼ੀ ਸਾਹਿਬ ਪੱਠੇ ਵੜ ਰਹੇ ਮਾਸ਼ਾਅੱਲਾ ਜੀ ਮੱਝਾਂ ਨੂੰ ਲਿਜਾਣ ਵਾਸਤੇ ਕਿੰਨੇ ਕਿ ਲਿਜਾਣੀਆਂ ਪੜਨਾ ਯਾਰ ਚਾਰ ਚਾਰ ਪੰਨਾ ਲਿਜਾਣੀਆਂ ਭਾਈ ਚਾਰ ਪੰਜ ਲਿਜਾਵਾਂਗੇ ਅੱਛਾ ਪੱਠੇ ਯਾਰ ਸਵਾ ਲੈ ਗਏ ਸੀ ਅਸੀਂ ਅੱਛਾ ਵੀਹ ਪੰਨਾ ਹੁਣ ਘੱਟ ਗਏ ਥੋੜ੍ਹੇ ਜਿਹੇ ਪੱਠੇ ਕਹਿੰਦਾ ਕੋਰੇ ਤੋਂ ਪਾਉਣਾ ਮੈਂ ਹਾਂ ਕੋਰੇ ਤੋਂ ਪਾਉਣਾ ਕਿਹਾ ਵੀ ਸ਼ਹਿਰਾਂ ਨਾਮ ਵਿੱਚ ਪਹਿਲੇ ਲੋਕ ਆਉਂਦੇ ਤੇਲੇ ਹੁਣ ਨੱਠਾ ਫਿਰਦਾ ਤੰਗ ਹੋਈ ਫਿਰਦਾ ਕੀ ਟਾਕਾ ਕੀ ਚੰਗੀ ਕੁਛ ਉੱਥੇ ਛੋਟੇ ਛੋਟੇ ਬੜੇ ਮੈਨੂੰ ਐਵੇਂ ਪੱਠੇ ਇਹਨੂੰ ਕਨਾਲ ਲੈ ਲੈਂਦਾ ਇਹਨੂੰ ਕਿਤੇ ਡੱਕ ਲੈਂਦਾ ਮਾਰੀ ਚੜ੍ਹ ਲੈਂਦਾ ਟੱਕ ਸਿੱਧਾ ਕਰਕੇ ਮੈਂ ਉੱਥੇ ਲਾਉਣੇ ਵੱਡਿਆਂ ਦੇ ਹਟੇਰੀ ਫੇਰ ਹੀ ਬਣਨਾ ਇੱਦਾਂ ਤਾਂ ਲੱਗਿਆ ਨਾ ਇੱਥੇ ਸਾਬਰ ਕਿੱਧਰ ਗਈ ਤੂੰ ਉਹ ਵੱਟ ਤੇ ਪਈ ਹੁਣ ਕੱਟਾ ਵੇਚਣਾ ਕਿ ਨਹੀਂ ਬੁੜਾ ਬਾਜੀ ਮਾਰਦਾ ਕਿ ਨਹੀਂ ਤੈਨੂੰ ਉਹ ਕੀ ਕਹਿੰਦਾ ਸੀਗਾ ਉਦਣ ਉਹ ਜਿੱਦਣ ਮੰਜੇ 'ਤੇ ਬੈਠਾ ਸੀ ਤੂੰ ਕਹਿੰਦਾ ਭੱਜ ਛਲੇਡਿਆ ਯਾਰ ਨਹੀਂ ਤਾਂ ਮੈਂ ਚੁੱਕ ਕੇ ਮਾਰਨਾ ਥੱਲੇ
ਹਾਂਜੀ ਬਾਈ ਜੀ ਬਈਆ ਖੇਤਾਂ ਵੱਲ ਹੈ ਹਾਂ ਕਬਰਸਤਾਨ ਵੱਲ ਹਾਂਜੀ ਕੀ ਹੋ ਗਈ ਅੱਛਾ ਮੈਨੂੰ ਦੱਸ ਕੀ ਹੋ ਗਈ ਖਿਲਾਰੀ ਨਾ ਪੱਠੇ ਸਵਾਰ ਇਕੱਠੇ ਕਰ ਲੈ ਕੁਛ ਮੱਝਾਂ ਕਿੰਨੀਆਂ ਮੱਝਾਂ 16 ਤੁਹਾਡੇ ਦੱਸਿਆ ਨਹੀਂ ਮੱਝਾਂ ਦਾ ਇਹ ਮੈਂ ਹੁਣ ਦੱਸੀ ਮੈਂ ਭੁੱਲ ਗਿਆ ਨਹੀਂ ਭੁੱਲ ਰਿਹਾ ਦੱਸੀ ਕਿੰਨੀਆਂ ਮੱਝਾਂ ਤਿੰਨ ਹੋ ਜਾਵੇ ਤਿੰਨ ਮੱਝਾਂ ਤੇ ਉਹਨਾਂ ਦੇ ਮਗਰ ਕੀ ਕੀ ਹੈ ਇੱਥੇ ਮਗਰ ਕੱਟੀ ਹਾਂ ਇੱਥੇ ਮਗਰ ਕਹਿਣਾ ਨਹੀਂ ਆਉਂਦਾ ਇੱਕ ਦੇ ਮਗਰ ਕੱਟੀ ਇੱਕ ਦੇ ਮਗਰ ਕਹਿਣਾ ਨਹੀਂ ਆਉਂਦਾ ਚੱਲ ਕਿਹਾ ਦੱਸੀ ਜਿੱਦਾਂ ਦਾ ਕਹਿਣਾ ਆਉਂਦਾ ਕੱਟਾ ਹਾਂ ਉਦੋਂ ਭਾਈ ਤੁਹਾਨੂੰ ਗਾਲਾਂ ਵੀ ਕੱਢਦਾ ਸੀਗਾ ਇਹ ਇਕੱਠੇ ਕਰ ਤੂੰ ਇਕੱਠੇ ਕਰ ਜਿਹੜੇ ਵੱਡੇ ਵੱਡੇ ਇਕੱਠੇ ਹੋ ਗਏ